ਸਤਿ ਸ਼੍ਰੀ ਅਕਾਲ, ਵੈਲਕਮ ਟੂ ਬਲੂਬਰਡ। ਦੁਬਈ 'ਚ ਰਹਿੰਦੇ ਹੋਏ ਜੇ ਤੁਸੀਂ ਕੈਨੇਡਾ ਦਾ ਵੀਜ਼ਾ ਲੈਣਾ ਚਾਹੁੰਦੇ ਤਾਂ ਤੁਹਾਡੇ ਲਈ ਗੁੱਡ ਨਿਊਜ਼ ਹੈ ਕਿ ਦੁਬਈ ਤੋਂ ਕੈਨੇਡਾ ਵੀਜ਼ਾ ਰੇਟ ਜਿਹੜੀ ਹੈ ਸਕਸੈਸ ਰੇਟ ਦੀ ਗੱਲ ਕਰੀਏ ਬਹੁਤ ਵਧੀਆ। ਇਸ ਟਾਈਮ 'ਤੇ ਜੋ ਦੁਬਈ 'ਚ ਬੈਠੇ ਹੋਏ ਨੇ, ਜੇ ਉਹਨਾਂ ਦੀ ਸੈਲਰੀ ਅਕਾਊਂਟ 'ਚ ਆ ਰਹੀ ਹੈ, ਉਹਨਾਂ ਕੋਲ ਜੋਬ ਕੰਟਰੈਕਟ ਹੈਗੇ ਨੇ, ਪ੍ਰੋਪਰ ਡਾਕੂਮੈਂਟ ਹੈਗੇ ਨੇ, ਦੈਨ ਉਹਨਾਂ ਵਾਸਤੇ ਬਹੁਤ ਵਧੀਆ ਇੱਕ ਨਿਊਜ਼ ਹੈ। ਦੁਬਈ 'ਚ ਰਹਿੰਦੇ ਹੋਏ ਤੁਹਾਡੇ ਲਈ ਬਹੁਤ ਈਜ਼ੀ ਹੁੰਦਾ ਵੀਜ਼ਾ ਲੈਣਾ, ਉਹਦਾ ਇੱਕ ਰੀਜ਼ਨ ਹੈ ਕਿਉਂਕਿ ਜੇ ਤੁਸੀਂ ਦੁਬਈ 'ਚ ਬੈਠੇ ਹੋਏ ਹੋ, ਤੁਸੀਂ ਵੀਜ਼ਾ ਅਪਲਾਈ ਕਰਨਾ, ਅਤੇ ਤੁਹਾਡੇ ਕੋਲ ਪ੍ਰੋਪਰ ਡਾਕੂਮੈਂਟ ਹੋਣ ਦੇ ਚਾਂਸ ਜ਼ਿਆਦਾ ਹੁੰਦੇ। ਇੰਡੀਆ ਵਿੱਚ ਇੱਕ ਪ੍ਰੋਬਲਮ ਆਉਂਦੀ ਹੈ ਕਿ ਕਾਫੀ ਲੋਕ ਜੋਬ ਕਰਦੇ ਆ, ਉਹਨਾਂ ਨੂੰ ਕੈਸ਼ ਸੈਲਰੀ ਮਿਲ ਰਹੀ ਹੈ, ਅਕਾਊਂਟ ਸੈਲਰੀ ਨਹੀਂ ਆ ਰਹੀ, ਫਿਰ ਉਹਨਾਂ ਦੀ ITRs ਪ੍ਰੋਪਰ ਨਹੀਂ ਹੈਗੀ ਆ, ਜਾਂ ਫਿਰ ਉਹਨਾਂ ਕੋਲ ਅਦਰਸ ਜਿਹੜੇ ਡਾਕੂਮੈਂਟ ਨੇ ਸਪੋਰਟਿੰਗ ਉਹ ਨਹੀਂ ਹੈਗੇ। ਫਿਰ ਉਸ ਤੋਂ ਬਾਅਦ ਸਭ ਤੋਂ ਵੱਡੀ ਪ੍ਰੋਬਲਮ ਕਿ ਫਾਈਲ 'ਤੇ ਡਾਊਟ ਵੀ ਵੀਜ਼ਾ ਅਫਸਰ ਨੂੰ ਹੁੰਦਾ, ਅਤੇ ਜਿਹਦੇ ਕਰਕੇ ਰਿਜ਼ਲਟਸ ਜਿਹੜੇ ਨੇ ਕਾਫੀ ਡਾਊਨ ਚਲੇ ਜਾਂਦੇ ਆ। ਬਟ ਜਦੋਂ ਤੁਸੀਂ ਅਬਰੋਡ 'ਚ ਐਸੀ ਕੰਟਰੀਜ਼ 'ਚ ਬੈਠੇ ਹੋ ਜਿੱਥੇ ਫਰੋਡ ਹੋਣ ਦੇ ਚਾਂਸ ਘੱਟ ਹੁੰਦੇ ਆ, ਉਸ ਕੰਟਰੀਜ਼ ਤੋਂ ਤੁਹਾਡੇ ਵੀਜ਼ਾ ਰਿਜ਼ਲਟ ਜ਼ਿਆਦਾ ਵਧੀਆ ਮਿਲਦੇ ਆ। ਦੁਬਈ ਤੋਂ ਤੁਹਾਨੂੰ ਚਾਹੀਦਾ ਕੀ ਆ? ਸਭ ਤੋਂ ਪਹਿਲਾਂ ਜਿੱਥੇ ਤੁਸੀਂ ਜੋਬ ਕਰ ਰਹੇ ਹੋ ਤੁਹਾਡਾ ਜੋਬ ਕੰਟਰੈਕਟ ਤੁਹਾਡੇ ਕੋਲ ਹੋਏਗਾ, ਦੈਨ ਆਫਟਰ ਤੁਹਾਡੇ ਕੋਲ ਵੀਜ਼ਾ ਹੋਏਗਾ ਜਿਹਦੀ ਵੈਲਿਡਿਟੀ ਐਟਲੀਸਟ 6 ਮੰਥ ਦੀ ਤੁਹਾਡੇ ਕੋਲ ਜ਼ਰੂਰ ਪਈ ਹੋਵੇ। ਫਿਰ ਆਫਟਰ ਤੁਹਾਡੇ ਕੋਲ ਸੈਲਰੀ ਸਲਿਪਸ ਹੋਣਗੀਆਂ, ਉਹ ਲੱਗਣਗੀਆਂ, ਅਤੇ ਜਿਹੜੇ ਅਕਾਊਂਟ ਤੁਹਾਡੀ ਸੈਲਰੀ ਆ ਰਹੀ ਆ ਉਹਦੀ ਸਟੇਟਮੈਂਟ ਨਾਲ ਆਓਗੇ। ਇਹ ਉਹ ਡਾਕੂਮੈਂਟ ਨੇ ਜਿਹੜੇ ਬਹੁਤ ਮੈਂਡੇਟਰੀ ਨੇ, ਜਿਹੜੇ ਤੁਹਾਡੇ ਲੱਗਣੇ ਜ਼ਰੂਰੀ ਹੁੰਦੇ ਆ। ਇਸ ਤੋਂ ਬਾਅਦ ਕੁਝ ਸਪੋਰਟਿੰਗ ਡਾਕੂਮੈਂਟ ਨੇ, ਜੇ ਇਹਨਾਂ ਵਿੱਚੋਂ ਕੋਈ ਡਾਕੂਮੈਂਟ ਨਹੀਂ ਵੀ ਹੈਗਾ ਤਾਂ ਚੱਲ ਸਕਦਾ ਕੰਮ, ਅਤੇ ਤੁਸੀਂ ਵੀਜ਼ਾ ਅਪਲਾਈ ਕਰ ਸਕਦੇ ਹੋ। ਉਹ ਡਾਕੂਮੈਂਟ ਹੈ ਤੁਹਾਨੂੰ NOC। NOC ਨੂੰ ਲੈ ਕੇ ਕਾਫੀ ਜਣਿਆਂ ਦੇ ਡਾਊਟ ਹੁੰਦਾ ਕਿ NOC ਤੋਂ ਬਿਨਾਂ ਵੀਜ਼ਾ ਨਹੀਂ ਆਉਂਦਾ, ਬਟ ਐਵੇਂ ਦੀ ਕੋਈ ਗੱਲ ਨਹੀਂ ਹੈ। NOC ਤੋਂ ਬਿਨਾਂ ਤੁਸੀਂ ਆਸਟ੍ਰੇਲੀਆ, ਕੈਨੇਡਾ, ਇਹਨਾਂ ਕੰਟਰੀਜ਼ ਵੀਜ਼ਾ ਲੈ ਸਕਦੇ ਹੋ, ਈਵਨ ਤੁਸੀਂ UK ਦਾ ਵੀਜ਼ਾ ਵੀ ਲੈ ਸਕਦੇ ਹੋ, ਅਤੇ ਹੋਰ ਕੰਟਰੀਜ਼ ਵੀ ਹੈਗੀਆਂ ਜਿੱਥੇ ਵੀਜ਼ਾ ਬੜੀ ਈਜ਼ੀਲੀ ਨਿਕਲਦੇ ਨੇ। ਅਤੇ NOC ਬਹੁਤ ਇੰਪੋਰਟੈਂਟ ਪਾਰਟ ਹੈ, ਅਤੇ ਤੁਸੀਂ ਤੁਹਾਡੇ ਲਈ ਵੀਜ਼ਾ ਲੈਣਾ ਡਿਫੀਕਲਟ ਉਹਦੇ ਵਿੱਚ ਨਹੀਂ ਹੁੰਦਾ। ਅਤੇ ਮੈਂ ਜੇ ਤੁਹਾਨੂੰ ਇਹ ਸਲਾਹ ਦੇਵਾਂ ਕਿ NOC ਨਹੀਂ ਵੀ ਹੈਗੀ ਤਾਂ ਚੱਲੇਗੀ, ਉਸ ਤੋਂ ਬਿਨਾਂ ਫਾਈਲ ਲਾ ਦਿਉ, ਬਟ ਤੁਹਾਡੇ ਜਿਹੜੇ ਜੋਬਸ ਡਾਕੂਮੈਂਟ ਨੇ ਉਹ ਤੁਹਾਡੇ ਕੋਲ ਜ਼ਰੂਰ ਹੋਣ। ਦੈਨ ਆਫਟਰ ਜਿਹੜਾ ਨੈਸਟ ਹੈ ਤੁਹਾਡੇ ਫੰਡਸ ਤੁਹਾਡੇ ਕੋਲ ਮੈਕਸੀਮਮ ਟੂ ਮੈਕਸੀਮਮ ਦੁਬਈ 'ਚ ਹੀ ਹੋਣ। ਕਈਆਂ ਨੇ ਇੱਦਾਂ ਕੀਤਾ ਹੁੰਦਾ ਕਿ ਇੰਡੀਆ ਵਿੱਚ NRI ਅਕਾਊਂਟ ਓਪਨ ਕਰਾਇਆ ਹੁੰਦਾ, ਜਦੋਂ ਸੈਲਰੀ ਆਉਂਦੀ ਨਾਲ ਦੀ ਨਾਲ ਉਹ ਇੰਡੀਆ ਦੇ ਵਿੱਚ ਟ੍ਰਾਂਸਫਰ ਕਰ ਦਿੰਦੇ ਆ। ਇਸ ਕਰਕੇ ਕਾਫੀ ਜਣਿਆਂ ਨੂੰ ਵੀਜ਼ਾ ਰਿਜ਼ਲਟ ਜਿਹੜੇ ਨੇ ਉਹ ਨੈਗੇਟਿਵ ਸਾਈਡ ਵੀ ਚਲੇ ਜਾਂਦੇ ਨੇ। ਮੈਂ ਇੱਥੇ ਕਹਾਂਗਾ ਜੇ ਤੁਸੀਂ ਵੀਜ਼ਾ ਅਪਲਾਈ ਕਰਨਾ ਤਾਂ ਆਪਣੀ ਮੈਕਸੀਮਮ ਟੂ ਮੈਕਸੀਮਮ ਅਮਾਊਂਟ ਜਿਹੜੀ ਹੈ ਉਹ UAE ਦੇ ਵਿੱਚ ਵਿਖਾਓ, ਆਪਣੀ ਦੁਬਈ ਦੇ ਵਿੱਚ ਦਿਖਾਓ। ਜੇ ਉਹਨੂੰ ਦੁਬਈ 'ਚ ਵਿਖਾ ਰਹੇ ਹੋ ਫਿਰ ਪ੍ਰੋਬਲਮ ਤੁਹਾਨੂੰ ਨਹੀਂ ਵੇਖਣ ਨੂੰ ਮਿਲਦੀ। ਅਤੇ ਆਪਣੇ ਫੰਡਸ ਜਿਹੜੇ ਨੇ ਦੁਬਈ ਵਿੱਚ ਵਿਖਾਓ, ਆਪਣੀ ਸਟੇਟਮੈਂਟ ਲਾਓ, ਤੁਹਾਡੇ ਲਈ ਉਹ ਜ਼ਿਆਦਾ ਵਧੀਆ ਹੋਏਗਾ। ਅਤੇ ਪ੍ਰੋਸੈਸ ਇਹਦਾ ਟੋਟਲੀ ਔਨਲਾਈਨ ਹੈ। ਜਦੋਂ ਤੁਸੀਂ ਫਾਈਲ ਕਰ ਦਿੰਦੇ ਹੋ, ਫਾਈਲ ਲਾਉਣ ਤੋਂ ਬਾਅਦ ਤੁਸੀਂ ਬਾਇਓਮੈਟ੍ਰਿਕ ਦੇਣੇ ਆ, ਤੁਹਾਡੇ ਦੁਬਈ ਹੋ ਸਕਦੇ ਨੇ, ਅਤੇ ਉਸ ਤੋਂ ਬਾਅਦ ਤੁਸੀਂ ਵੀਜ਼ਾ ਰਿਜ਼ਲਟਸ ਲੈਣੇ ਆ। ਵੀਜ਼ਾ ਰਿਜ਼ਲਟ ਆਉਣ ਤੋਂ ਬਾਅਦ ਜਦੋਂ ਤੁਹਾਡਾ ਪਾਸਪੋਰਟ ਸਬਮਿਸ਼ਨ ਹੋਣਾ, ਉਹ ਵੀ ਦੁਬਈ 'ਚ ਹੋ ਸਕਦਾ। ਅਤੇ ਜੇ ਤੁਸੀਂ ਬਾਏ ਚਾਂਸ ਇੰਡੀਆ ਆਏ ਹੋ ਜਾਂ ਤੁਹਾਡਾ ਰਿਜ਼ਲਟ ਆ ਗਿਆ, ਤੁਸੀਂ ਸਟਿੱਕਰ ਜਿਹੜਾ ਇੰਡੀਆ ਤੋਂ ਵੀ ਲਵਾ ਸਕਦੇ ਹੋ। ਸਟਿੱਕਰ ਤੁਸੀਂ ਪੂਰੇ ਵਰਲਡ 'ਚ ਕਿਤੇ ਵੀ ਹੈਗੇ ਉੱਥੋਂ ਸਟਿੱਕਰ ਲਵਾ ਸਕਦੇ ਹੋ। ਤੁਹਾਡਾ ਵੀਜ਼ਾ ਰਿਜ਼ਲਟ ਜੇ ਪੋਜ਼ਿਟਿਵ ਆ ਚੁੱਕਿਆ, ਉਹਦੇ 'ਚ ਕੋਈ ਐਵੇਂ ਦੀ ਰਿਕੁਆਇਰਮੈਂਟ ਨਹੀਂ ਹੈਗੀ ਕਿ ਜਿੱਥੇ ਤੁਸੀਂ ਫਾਈਲ ਸਬਮਿਟ ਕੀਤੀ ਹੈ, ਜਿਹੜੀ ਕੰਟਰੀ ਦੀ ਤੁਸੀਂ ਡਿਟੇਲ ਪਾਈ ਹੈ, ਜਾਂ ਜਿੱਥੇ ਤੁਸੀਂ ਬਾਇਓਮੈਟ੍ਰਿਕ ਦਿੱਤੇ ਆ, ਤੁਸੀਂ ਉੱਥੇ ਹੀ ਆਪਣਾ ਪਾਸਪੋਰਟ ਸਬਮਿਟ ਕਰਨਾ, ਐਵੇਂ ਦੀ ਰਿਕੁਆਇਰਮੈਂਟ ਕਿਤੇ ਨਹੀਂ ਹੈਗੀ। ਤੁਹਾਨੂੰ ਉਸ ਚੀਜ਼ ਦੀ ਕੋਈ ਡਿਟੇਲਸ ਜਿਹੜੀਆਂ ਨੇ ਉਹ ਨਹੀਂ ਦੇਖੀਆਂ ਜਾਂਦੀਆਂ, ਅਤੇ ਵੀਜ਼ਾ ਰਿਜ਼ਲਟ 'ਤੇ ਇਹਦਾ ਕੋਈ ਇਫੈਕਟ ਨਹੀਂ ਹੁੰਦਾ। ਅਤੇ ਤੁਸੀਂ ਅਬਰੋਡ 'ਚ ਕਿਤੇ ਰਹਿੰਦੇ ਹੋਏ ਵੀ ਇਹ ਚੀਜ਼ਾਂ ਕਰ ਸਕਦੇ। ਉਮੀਦ ਕਰਦਾ ਇਹ ਇਨਫੋਰਮੇਸ਼ਨ ਤੁਹਾਡੀ ਵੀ ਹੈਲਪਫੁਲ ਹੋਏਗੀ। ਜੇ ਤੁਸੀਂ ਕੈਨੇਡਾ ਵੀਜ਼ਾ ਅਪਲਾਈ ਕਰਨਾ ਹੈ, ਆਪਣੀ ਫਾਈਲ ਅਸੈਸਮੈਂਟ ਕਰਵਾਉਣੀ ਹੈ, ਦਿੱਤੇ ਗਏ ਨੰਬਰ 'ਤੇ ਤੁਸੀਂ ਵਟਸਐਪ ਆਪਣੇ ਡਾਕੂਮੈਂਟ ਕਰੋ, ਡਿਟੇਲਸ ਲਵੋ, ਦੈਨ ਆਫਟਰ ਤੁਸੀਂ ਸਾਡੀ ਟੀਮ ਦੇ ਥਰੂ ਆਪਣਾ ਕੈਨੇਡਾ ਦਾ ਵੀਜ਼ਾ ਅਪਲਾਈ ਕਰ ਸਕਦੇ ਹੋ। ਉਮੀਦ ਕਰਦਾ ਇਨਫੋਰਮੇਸ਼ਨ ਤੁਹਾਡੇ ਲਈ ਕਾਫੀ ਕੰਮ ਦੀ ਹੋਏਗੀ। ਐਵੇਂ ਦੀ ਹੋਰ ਵੀਡੀਓਜ਼ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦੇਣਾ। ਸਤਿ ਸ਼੍ਰੀ ਅਕਾਲ।